ਇੱਧਰ ਹੋ ਜਾਊਗਾ ਇੱਕ ਮਿੰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ, ਸ੍ਰੀ ਚਮਕੌਰ ਸਾਹਿਬ, ਸ਼ਹੀਦਾਂ ਦੀ ਪਾਵਨ ਧਰਤੀ 'ਤੇ ਸ਼ਹੀਦੀ ਜੋੜ ਮੇਲਾ ਅੱਜ ਆਰੰਭ ਹੋ ਚੁੱਕਿਆ ਹੈ। ਜਿਨ੍ਹਾਂ ਦੇ ਸ੍ਰੀ ਅਖੰਡ ਪਾਠ ਸਾਹਿਬ ਅੱਜ ਆਰੰਭ ਕਰ ਦਿੱਤੇ ਗਏ ਹਨ, ਜਿਨ੍ਹਾਂ ਦੇ ਭੋਗ ਮਿਤੀ 22/12 ਨੂੰ 2021 ਨੂੰ ਪੈਣਗੇ ਅਤੇ ਭੋਗ ਪੈਣ ਉਪਰੰਤ ਗੁਰਦੁਆਰਾ ਗੜ੍ਹੀ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਸ਼ਹੀਦਾਂ ਦੀ ਯਾਦ ਵਿੱਚ ਕੱਢਿਆ ਜਾਵੇਗਾ, ਜਿਸ ਵਿੱਚ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ, ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ, ਜਹੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੀ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਹਨ ਅਤੇ ਹੋਰ ਹਲਕੇ ਦੇ ਜਿਹੜੇ ਮੈਂਬਰ ਸ਼ਾਮ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹ ਵੀ ਪਹੁੰਚ ਰਹੇ ਹਨ ਅਤੇ ਇਸ ਵਿੱਚ ਲੱਖਾਂ ਦੀ ਤਾਦਾਦ ਵਿੱਚ ਸੰਗਤ ਵੀ ਪਹੁੰਚ ਰਹੀ ਹੈ। ਅਤੇ ਅੱਜ ਸ਼ਾਮ ਨੂੰ 20 ਤਰੀਕ ਨੂੰ ਦੀਵਾਨ ਭਾਈ ਸੰਗਤ ਸਿੰਘ ਹਾਲ ਵਿੱਚ ਕੀਰਤਨ ਦਰਬਾਰ ਕਰਵਾਇਆ ਜਾਵੇਗਾ, ਜਿਸ ਵਿੱਚ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕਰਨਗੇ। ਅਤੇ ਕੱਲ੍ਹ 21/12 ਨੂੰ ਸ਼ਾਮ ਨੂੰ ਢਾਡੀ ਦਰਬਾਰ ਕਰਵਾਇਆ ਜਾਵੇਗਾ, ਅਤੇ ਜਿਸ ਵਿੱਚ ਪੰਥ ਦੇ ਸਰਮੌਰ ਢਾਡੀ ਗਿਆਨੀ ਤਰਸੇਮ ਸਿੰਘ ਜੀ ਮੋਹਰਾਂ ਵਾਲੇ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਹਨ, ਉਹ ਵੀ ਸੰਗਤਾਂ ਨੂੰ ਗੁਰੂ ਇਤਿਹਾਸ ਸੁਣਾ ਕੇ ਨਿਹਾਲ ਕਰਨਗੇ। ਅਤੇ 22 ਤਰੀਕ ਨੂੰ ਨਗਰ ਕੀਰਤਨ ਦੀ ਆਰੰਭਤਾ ਤੋਂ ਹੈਗੀ ਆ। ਅਤੇ ਕੱਲ੍ਹ ਦਿਨ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਣਯੋਗ ਪ੍ਰਧਾਨ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਧਾਮੀ, ਉਹ ਵੀ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਹਨ। ਅਤੇ ਪ੍ਰੋਫੈਸਰ ਪ੍ਰੇਮ ਸਿੰਘ ਜੀ ਚੰਦੂਮਾਜਰਾ, ਉਹ ਵੀ ਸ਼ਹੀਦਾਂ ਨੂੰ ਸ਼ਰਧਾ ਦੇ ਸਤਿਕਾਰ ਭੇਟ ਕਰਨ ਲਈ ਉਹ ਵੀ ਪਹੁੰਚ ਰਹੇ ਹਨ। ਡਾਕਟਰ ਦਲਜੀਤ ਸਿੰਘ ਜੀ ਚੀਮਾ, ਉਹ ਵੀ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਹਨ। ਅੰਮ੍ਰਿਤ ਸਾਹਿਬ, ਆਮ ਤੌਰ 'ਤੇ ਦੇਖਿਆ ਜਾਂਦਾ ਹੈ ਕਿ ਜਿਹੜਾ ਜੋੜ ਮੇਲਾ ਇਹ ਸ਼ਹੀਦਾਂ ਦੇ ਦਿਹਾੜੇ ਹੈ, ਪਰ ਲੋਕ ਜਿਹੜੀ ਸੰਗਤ ਹੈ ਜਾਂ ਨੌਜਵਾਨ ਹੈ, ਇੱਥੇ ਦੇਖਿਆ ਜਾਂਦਾ ਵੀ ਇਹਨੂੰ ਇੱਕ ਮੇਲੇ ਦਾ ਰੂਪ ਦੇ ਦਿੱਤਾ, ਅਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ? ਇਹ ਤਾਂ ਸੰਗਤ ਨੂੰ ਬੇਨਤੀ ਕਰਦੇ ਹਨ ਵੀ ਇਹ ਤਾਂ ਸ਼ਹੀਦਾਂ ਦੇ ਦਿਨ ਹਨ, ਇਹਨਾਂ ਨੂੰ ਤਾਂ ਮੇਲਾ ਨਹੀਂ ਕਹਿਣਾ ਚਾਹੀਦਾ ਅਤੇ ਇਹਨਾਂ ਨੂੰ ਤਾਂ ਸ਼ਰਧਾ ਸਤਿਕਾਰ ਭੇਟ ਹੀ ਕਰਨ ਬੜੇ ਬਰਾਗਮਈ ਉਹਦੇ ਵਿੱਚ ਆਉਣਾ ਚਾਹੀਦਾ। ਅਤੇ ਜਿਹੜੇ ਲੰਗਰ ਨੇ ਉਹ ਵੀ ਸਾਦੇ ਹੀ ਰੱਖਣੇ ਚਾਹੀਦੇ ਹਨ, ਅਤੇ ਅਸੀਂ ਤਾਂ ਸੰਗਤਾਂ ਨੂੰ ਇਹੀ ਬੇਨਤੀ ਕਰਾਂਗੇ ਵੀ ਇਹ ਵੀ ਸਾਦਾ ਪਾਣੀ ਰੱਖਣ। ਕੋਈ ਇਹ ਮੇਲਾ ਨਹੀਂ ਹੈਗਾ ਵੀ ਜਿਹੜਾ ਆਪਾਂ ਨੇ ਕੋਈ ਹੁੱਲੜਬਾਜ਼ੀਆਂ ਜਾਂ ਕੋਈ ਹੋਰ ਕਰਕੇ ਇਸ ਜੋੜ ਮੇਲੇ 'ਤੇ ਆਉਣਾ। ਸਰ, ਇੱਕ ਪੰਜਾਬ ਦਾ ਵਿਰਸਾ ਬੜਾ ਅਮੀਰ ਹੈ ਅਤੇ ਲੋਕ ਬੜੇ ਦਾਨੀ ਹੈ, ਗੁਰੂ ਦੇ ਲੰਗਰ ਵੱਧ ਚੱਲਦੇ ਨੇ, ਪਰ ਕਿਤੇ ਹਾਂ ਕਿਤੇ ਜੇ ਗੁਰੂ ਗ੍ਰੰਥ ਸਾਹਿਬ ਦੀ ਆਪਾਂ ਗੱਲ ਕਰੀਏ, ਲੰਗਰ ਚੱਲੇ, ਕੋਈ ਸ਼ਬਦ ਹਰ ਟੋਟ ਨਾ ਆਵੇ ਖੱਟੀ ਹੈ, ਕਿਤੇ ਨਾ ਕਿਤੇ ਗੁਰੂ ਦੇ ਸ਼ਬਦ ਦੀ ਲੰਗਰ ਦੀ ਥੋੜ੍ਹ ਮਹਿਸੂਸ ਹੁੰਦੀ ਹੈ? ਨਹੀਂ ਜੀ, ਕੋਈ ਇੱਦਾਂ ਦੀ ਤਾਂ ਕੋਈ ਗੱਲ ਨਹੀਂ ਜੀ। ਹਰ ਗੁਰੂ ਘਰ ਦੇ ਵਿੱਚ ਜਿਹੜੇ ਇੰਨੇ ਦੀਵਾਨ ਧਾਰਮਿਕ ਦੀਵਾਨ ਸਜਾਏ ਜਾ ਰਹੇ ਹਨ ਅਤੇ ਉਹਦੇ ਵਿੱਚ ਰਾਗੀ ਢਾਡੀ ਸਾਰੇ ਆਪਣਾ ਗੁਰੂ ਜਸ ਦਾ ਕੀਰਤਨ ਸ਼ਹੀਦਾਂ ਦੀਆਂ 12 ਗਾਉਂਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਅਸੀਂ ਬੜੇ ਚਮਕੌਰ ਸਾਹਿਬ ਵਿਖੇ ਜਿੱਥੇ ਦਾ ਇਤਿਹਾਸ ਜਿਹੜਾ ਲਾਸਾਨੀ ਔਰ ਅੱਲਾ ਜੋਗੀ ਯਾਰਕਾਂ ਜੋਗੀ ਲਿਖੇ ਆ, ਬਸ ਇੱਕ ਤੀਰਥ ਹੈ ਯਾਤਰਾ ਕੇ ਲਈ, ਬਸ ਇੱਕ ਤੀਰਥ ਹੈ ਹਿੰਦ ਮੇਂ ਯਾਤਰਾ ਕੇ ਲਈ, ਇਟਾਏ ਜਹਾਂ ਬੱਚੇ ਖੁਦਾ ਕੇ। ਸੋ ਗੁਰੂ ਪਾਤਸ਼ਾਹ ਕਿਰਪਾ ਕਰਨ, ਗੁਰੂ ਕਲਮੀ ਧਰ ਪਾਤਸ਼ਾਹ ਜੀ ਮਹਾਰਾਜ ਬਾਬਾ ਅਜੀਤ ਸਿੰਘ ਜੀ, ਬਾਬਾ ਹਰਿਹਾਰ ਸਿੰਘ ਜੀ, ਜਿਹੜੇ ਚਮਕੌਰ ਦੀ ਗੜੀ ਸ਼ਹੀਦ ਹੋਏ ਆ, ਸਵਾ ਦੇ ਦਿਹਾੜੇ ਚੱਲ ਰਹੇ ਆ। ਅੱਜ 20 ਦਸੰਬਰ 2021 ਆ,
ਬੜੀ ਮਹਾਰਾਜ ਕਿਰਪਾ ਦੇ ਨਾਲ ਇੱਥੇ ਚੜ੍ਹਦੀ ਕਲਾ ਦੇ ਸਕਤ ਆ ਰਹੀ ਹੈ। ਮੇਰੀ ਜ਼ਰੂਰੀ ਬੇਨਤੀ ਆ ਵੀ ਜਿਹੜਾ ਇਹ ਦਿਹਾੜੇ ਨੇ ਕਈ ਲੋਕ ਇਹਨੂੰ ਸੂਟ ਦੀ ਤਰ੍ਹਾਂ ਮਨਾਉਂਦੇ ਨੇ। ਤੁਸੀਂ ਪਿਆਰਿਓ ਗੁਰੂ ਘਰ ਕੀ ਘਰ ਪਾਤਸ਼ਾਹ ਮਹਾਰਾਜ ਦੇ ਲੱਗ ਕੇ ਜਿਹੜੇ ਸ਼ਹੀਦ ਹੋਏ ਆ ਨਾ ਬਾਬਾ ਜੀ ਸਿੰਘ ਜੀ ਆਰ ਸਿੰਘ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਚੜ੍ਹਦੀ ਕਲਾ ਜਗਾਰੇ ਲਾਏ ਆ। ਭਾਈ ਦਇਆ ਸਿੰਘ ਨੂੰ ਵੀ ਇਹ ਗੱਲ ਆਖੀ ਸੀ, ਦਇਆ ਸਿੰਘਾ ਅੱਖ ਤੋਂ ਹੰਝੂ ਨਾ ਘੇਰ, ਮੇਰੇ ਪੁੱਤ ਕੌਮ ਦੇ ਲਈ ਸ਼ਹੀਦ ਹੋ ਗਿਆ, ਮੈਂ ਸਰਬੰਸ ਵਾ ਰਿਹਾ ਆਪਣਾ ਸਰਬੰਸ। ਜਿਹੜਾ ਕਿਹਾ ਸੀ ਗੁਰੂ ਅਨੰਦਪੁਰ ਸਾਹਿਬ ਕਿ ਤੁਸੀਂ ਕੀ ਦਿਓਗੇ ਅੰਮ੍ਰਿਤ ਦੇ ਲਈ, ਮੈਂ ਕਿਹਾ ਸੀ ਦਇਆ ਸਿੰਘਾ ਯਾਦ ਕਰ ਵੀ ਮੈਂ ਸਰਬੰਸ ਵਾਰਾਂਗਾ। ਸੋ ਸਾਧ ਸਿੰਘ ਜੀ ਇਹ ਸਾਡੇ ਚੜ੍ਹਦੀ ਕਲਾ ਦੇ ਪ੍ਰਤੀਕ ਨੇ। ਮਹਾਰਾਜ ਨੇ ਗੁਰਬਾਣੀ ਵੀ ਲਿਖਿਆ ਸੱਚੇ ਪਾਤਸ਼ਾਹ ਨੇ, ਜੋ ਤੋਂ ਪ੍ਰੇਮ ਖੁੱਲਣ ਦਾ ਚਾਹੋ ਉਹ ਸਿਰ ਤੱਕ ਕਦਰ ਕਰੀ ਮਿਲੀ, ਮਹਾਰਾਜ ਕਹਿੰਦੇ ਕਲੀ ਤੇ ਰੱਖ ਕੇ ਆ ਉਹ ਸਿਰ। ਇਸ ਕਰਕੇ ਸ਼ਹੀਦੀ ਖੁਸ਼ੀ ਦਾ ਪ੍ਰਤੀਕ ਹੋ ਗਿਆ, ਨਾ ਕਿ ਕਮੀ ਦਾ। ਲੋਕ ਮਨਾਉਂਦੇ ਨੇ ਠੀਕ ਆ, ਗੁਰੂ ਮਹਾਰਾਜ ਜੀ ਸਾਹਿਬ ਕਰਦੇ ਸੀ ਸੱਚੇ ਪਾਤਸ਼ਾਹ। ਇਸੇ ਤਰ੍ਹਾਂ ਗੁਰੂ ਮਹਾਰਾਜ ਕਰਮਾ ਨਾ ਮੈਂ ਚੈਨਲ ਵਾਲੇ ਵੀਰਾਂ ਨੂੰ ਬਹੁਤ ਵਧੀਆ ਵਧਾਈ ਦੇਣਾ ਚਾਹੁੰਦਾ ਕਿਸਮ ਦੀ, ਜਿਹੜੇ ਇਹ ਮਹਾਨ ਉਪਰਾਲਾ ਕਰਦੇ ਆ, ਇਹ ਡਾਕੂਮੈਂਟ ਪਾ ਕੇ ਨੈਟ 'ਤੇ ਸਕਤ ਜਾਣਕਾਰੀ ਵੀ ਪਾਉਂਦੇ ਆ। ਧੰਨਵਾਦ ਚੈਨਲ ਵਾਲੇ ਵੀਰਾਂ ਦਾ। ਸਾਡੇ ਵੱਲੋਂ ਗੁਰੂ ਪਾਤਸ਼ਾਹ ਕਿਰਪਾ ਨੇ ਇੱਥੇ ਦਸਤਾਰਾਂ ਦਾ ਲੰਗਰ ਰੱਖਿਆ ਗਿਆ, ਜਿਹੜੇ ਨੌਜਵਾਨ ਕੇਸ ਚੜ੍ਹਾ ਰੱਖਣ ਦਾ ਪ੍ਰਣ ਕਰਦੇ ਆ ਉਹਨੂੰ ਫ੍ਰੀ ਦਸਤਾਰੇ ਨੇ ਸਜਾਈਆਂ ਜਾਂਦੀਆਂ। ਅਗਲਾ ਮਾਛੋੜੇ ਸਾਹਿਬ, ਫਿਰ ਫਤਿਹਗੜ੍ਹ ਸਾਹਿਬ ਜੋਤੀ ਸਰੂਪ ਗੁਰਦੁਆਰਾ ਸਾਹਿਬ ਦੇ ਨੇੜੇ ਦਸਤਾਰ ਲੰਗਰ ਲੱਗੇਗਾ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।